ਪੰਜਾਬੀਸਤਾਨ ਦੀ ਜਾਨਿਬ ਤੋਂ ਜਨਾਬ ਕ੍ਰਿਸ਼ਨ ਚੰਦਰ ਜੀ ਦੀ ਦੂਜੀ ਰਚਨਾ ਖਾਲੀ ਬੋਤਲ ਭਰਿਆ ਦਿਲ। ਇਹ ਸ਼ਬਦ ਚਿੱਤਰ ਮੰਟੋ ਦੀ ਮੌਤ ਦੀ ਖਬਰ ਸੁਣ ਕੇ ਕ੍ਰਿਸ਼ਨ ਚੰਦਰ ਨੇ ਲਿਖਿਆ ਸੀ। ਇੱਕ ਅਨੋਖੀ ਘਟਨਾ ਵਾਪਰੀ ਹੈ, ਮੰਟੋ ਮਰ ਗਿਆ ਹੈ। ਉਂਝ ਤਾਂ ਉਹ ਇੱਕ ਅਰਸੇ ਦਾ ਮਰ ਰਿਹਾ ਸੀ, ਕਦੀ ਸੁਣਿਆ ਉਹ ਪਾਗਲਖਾਨੇ ਵਿੱਚ ਹੈ, ਕਦੀ ਸੁਣਿਆ ਉਹ ਵਧੇਰੇ ਸ਼ਰਾਬ ਪੀ ਜਾਣ ਕਾਰਨ ਹਸਪਤਾਲ ਵਿੱਚ ਪਿਆ ਹੈ, ਕਦੀ ਸੁਣਿਆ ਉਸ ਦੇ ਯਾਰ ਮਿੱਤਰ ਵੀ ਉਸ ਦਾ ਸਾਥ ਛੱਡ ਗਏ ਨੇ, ਕਦੀ ਸੁਣਿਆ ਉਹ ਅਤੇ ਉਸ ਦੇ ਬੀਵੀ ਬੱਚੇ ਭੁੱਖਾਂ ਕੱਟ ਰਹੇ ਨੇ। ਬਹੁਤ ਸਾਰੀਆਂ ਗੱਲਾਂ ਸੁਣੀਆਂ, ਹਮੇਸ਼ਾ ਮਾੜੀਆਂ ਗੱਲਾਂ ਸੁਣੀਆਂ, ਹਮੇਸ਼ਾ ਬੁਰੀਆਂ ਲੱਗੀਆਂ, ਪਰ ਵਿਸ਼ਵਾਸ ਨਹੀਂ ਆਇਆ, ਕਿਉਂਕਿ ਉਦੋਂ ਵੀ ਉਸ ਦੀਆਂ ਕਹਾਣੀਆਂ ਲਗਾਤਾਰ ਛਪ ਰਹੀਆਂ ਸਨ, ਚੰਗੀਆਂ ਕਹਾਣੀਆਂ ਵੀ ਅਤੇ ਮਾੜੀਆਂ ਕਹਾਣੀਆਂ ਵੀ, ਜਿਨ੍ਹਾਂ ਨੂੰ ਪੜ੍ਹ ਕੇ ਮੰਟੋ ਦਾ ਮੂੰਹ ਵਲੂੰਦਰ ਦੇਣ ਨੂੰ ਦਿਲ ਕਰਦਾ ਸੀ, ਅਤੇ ਅਜਿਹੀਆਂ ਕਹਾਣੀਆਂ ਵੀ ਜਿਨ੍ਹਾਂ ਨੂੰ ਪੜ੍ਹ ਕੇ ਉਸ ਦਾ ਮੂੰਹ ਚੁੰਮ ਲੈਣ ਨੂੰ ਜੀ ਕਰਦਾ ਸੀ। ਇਹ ਕਹਾਣੀਆਂ ਮੰਟੋ ਦੇ ਠੀਕ ਠਾਕ ਹੋਣ ਦਾ ਸਬੂਤ ਸਨ। ਮੈਂ ਸਮਝਦਾ ਸਾਂ ਉਸ ਦੀਆਂ ਕਹਾਣੀਆਂ ਛਪ ਰਹੀਆਂ ਨੇ, ਸੋ ਮੰਟੋ ਖੁਸ਼ ਹੈ। ਕੀ ਹੋਇਆ ਜੇ ਉਹ ਸ਼ਰਾਬ ਪੀ ਰਿਹਾ ਹੈ? ਕੀ ਸ਼ਰਾਬ ਪੀਣਾ ਸਿਰਫ ਵੱਡੇ ਲੇਖਕਾਂ ਤੀਕ ਹੀ ਸੀਮਿਤ ਹੈ? ਕੀ ਹੋਇਆ ਜੇ ਉਹ ਭੁੱਖਾਂ ਕੱਟ ਰਿਹਾ ਹੈ? ਇਸ ਛੋਟੇ ਮਹਾਂਦੀਪ ਦੀ 3/4 ਆਬਾਦੀ ਨੇ ਹਮੇਸ਼ਾ ਹੀ ਭੁੱਖਾਂ ਕੱਟੀਆਂ ਨੇ। ਕੀ ਹੋਇਆ ਜੇ ਉਹ ਪਾਗਲਖਾਨੇ ਚਲਾ ਗਿਆ? ਇਸ ਪਾਗਲ ਅਤੇ ਮਜਨੂੰ ਸਮਾਜ ਵਿੱਚ ਮੰਟੋ ਵਰਗੇ ਹੋਸ਼ਮੰਦ ਬੰਦੇ ਦਾ ਪਾਗਲਖਾਨੇ ਪਹੁੰਚ ਜਾਣਾ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਉਹ ਅੱਜ ਤੋਂ ਬੜਾ ਚਿਰ ਪਹਿਲਾਂ ਪਾਗਲਖਾਨੇ ਕਿਉਂ ਨਹੀਂ ਸੀ ਪਹੁੰਚ ਸਕਿਆ। ਮੈਨੂੰ ਇਹਨਾਂ ਸਾਰੀਆਂ ਗੱਲਾਂ ਦੀ ਨਾ ਤਾਂ ਕੋਈ ਹੈਰਾਨੀ ਹੋਈ, ਨਾ ਅਚੰਬਾ। ਮੰਟੋ ਕਹਾਣੀਆਂ ਲਿਖ ਰਿਹਾ ਹੈ, ਮੰਟੋ ਠੀਕ ਠਾਕ ਹੈ, ਰੱਬ ਉਸ ਦੀ ਕਲਮ ਵਿੱਚ ਹੋਰ ਜ਼ਹਿਰ ਭਰ ਦੇਵੇ। ਪਰ ਅੱਜ ਜਦੋਂ ਰੇਡੀਓ ਪਾਕਿਸਤਾਨ ਨੇ ਇਹ ਖਬਰ ਸੁਣਾਈ ਕਿ ਮੰਟੋ ਧੜਕਣ ਬੰਦ ਹੋ ਜਾਣ ਕਾਰਨ ਚੱਲ ਵਸਿਆ, ਤਾਂ ਦਿਲ ਅਤੇ ਦਿਮਾਗ ਚੱਲਦੇ ਚੱਲਦੇ ਛਿਣਕੂ ਲਈ ਰੁਕ ਗਏ। ਦੂਜੇ ਛਿਣ ਇਹ ਵਿਸ਼ਵਾਸ ਨਹੀਂ ਸੀ ਹੋਇਆ, ਦਿਲ ਅਤੇ ਦਿਮਾਗ ਦੋਵਾਂ ਇਹ ਮੰਨਿਆ ਹੀ ਨਹੀਂ ਕਿ ਇੰਝ ਵੀ ਹੋ ਸਕਦਾ ਹੈ। ਛਿਣ ਭਰ ਲਈ ਮੰਟੋ ਦਾ ਚਿਹਰਾ ਮੇਰੀਆਂ ਨਜ਼ਰਾਂ ਸਾਵੇਂ ਅਟਕ ਗਿਆ। ਉਸ ਦਾ ਦਗ ਦਗ ਕਰਦਾ ਚੌੜਾ ਮੱਥਾ, ਗੱਲ ਗੱਲ ਉੱਤੇ ਉਸ ਦੀ ਤਿੱਖੀ ਮੁਸਕਰਾਹਟ, ਅਤੇ ਲਾਂਬੂ ਵਾਂਗ ਪੜ ਪੜ ਬਲਦਾ ਉਸ ਦਾ ਦਿਲ ਕੀ ਕਦੀ ਬੁੱਝ ਸਕਦਾ ਹੈ? ਪਰ ਦੂਜੇ ਛਿਣ ਵਿਸ਼ਵਾਸ ਕਰਨਾ ਪਿਆ। ਰੇਡੀਓ 'ਤੇ ਪੱਤਰਕਾਰਾਂ ਨੇ ਰਲ ਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਮੰਟੋ ਮਰ ਗਿਆ ਹੈ। ਅੱਜ ਤੋਂ ਬਾਅਦ ਉਹ ਨਵੀਆਂ ਕਹਾਣੀਆਂ ਨਹੀਂ ਲਿਖੇਗਾ, ਅੱਜ ਤੋਂ ਪਿੱਛੋਂ ਉਸ ਦੀ ਰਾਜ਼ੀ ਖੁਸ਼ੀ ਦਾ ਕੋਈ ਖਤ ਨਹੀਂ ਆਵੇਗਾ। ਅੱਜ ਸਰਦੀ ਬੜੀ ਹੈ ਅਤੇ ਆਸਮਾਨ ਉੱਤੇ ਹਲਕੇ ਹਲਕੇ ਬੱਦਲ ਛਾਏ ਹੋਏ ਨੇ, ਪਰ ਇਸ ਵਾਤਾਵਰਨ ਵਿੱਚ ਮੀਂਹ ਦੀ ਇੱਕ ਬੂੰਦ ਵੀ ਨਹੀਂ, ਮੇਰੀ ਅੱਖ ਵਿੱਚ ਵੀ ਹੰਝੂਆਂ ਦਾ ਇੱਕ ਕਤਰਾ ਤੱਕ ਨਹੀਂ। ਮੰਟੋ ਨੂੰ ਰੋਣ ਰਵਾਉਣ ਤੋਂ ਬੜੀ ਨਫ਼ਰਤ ਸੀ। ਅੱਜ ਮੈਂ ਉਸ ਦੀ ਯਾਦ ਵਿੱਚ ਹੰਝੂ ਵਹਾ ਕੇ ਉਸ ਨੂੰ ਪਰੇਸ਼ਾਨ ਨਹੀਂ ਕਰਾਂਗਾ। ਚੁੱਪਚਾਪ ਮੈਂ ਆਪਣਾ ਕੋਟ ਪਾ ਲੈਂਦਾ ਹਾਂ ਅਤੇ ਘਰੋਂ ਬਾਹਰ ਨਿਕਲ ਜਾਂਦਾ ਹਾਂ। ਬੜਾ ਅਦਭੁਤ ਸੰਯੋਗ ਹੈ ਕਿ ਜਿਸ ਦਿਨ ਮੰਟੋ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਉਸ ਦਿਨ ਮੈਂ ਦਿੱਲੀ ਵਿੱਚ ਸਾਂ, ਜਿਸ ਦਿਨ ਉਹ ਮਰਿਆ ਹੈ ਉਸ ਦਿਨ ਵੀ ਮੈਂ ਇੱਥੇ ਹਾਜ਼ਰ ਹਾਂ, ਉਸੇ ਘਰ ਵਿੱਚ ਹਾਂ ਜਿਸ ਵਿੱਚ ਅੱਜ ਤੋਂ 14 ਵਰੇ ਪਹਿਲਾਂ ਉਹ ਮੇਰੇ ਨਾਲ 15 ਦਿਨ ਰਿਹਾ ਸੀ। ਘਰ ਦੇ ਬਾਹਰ ਉਹੀ ਬਿਜਲੀ ਦਾ ਖੰਭਾ ਹੈ ਜਿਸ ਹੇਠ ਅਸੀਂ ਪਹਿਲੀ ਵਾਰ ਗਲੇ ਮਿਲੇ ਸਾਂ। ਇਹ ਉਹੀ ਅੰਡਰ ਹਿੱਲ ਰੋਡ ਹੈ ਜਿੱਥੇ ਆਲ ਇੰਡੀਆ ਰੇਡੀਓ ਦਾ ਪੁਰਾਣਾ ਦਫ਼ਤਰ ਸੀ।
ਜਿੱਥੇ ਅਸੀਂ ਦੋਵੇਂ ਕੰਮ ਕਰਦੇ ਹੁੰਦੇ ਸਾਂ। ਇਹ ਮੇਡਨ ਹੋਟਲ ਦਾ ਬਾਰ ਹੈ, ਇਹ ਮੋਰੀ ਗੇਟ ਦੇ ਪ੍ਰਧਾਨ ਦਾ ਘਰ ਹੈ, ਇਹ ਜਾਮਾ ਮਸਜਿਦ ਦੀਆਂ ਪੌੜੀਆਂ ਨੇ ਜਿਨ੍ਹਾਂ ਉੱਤੇ ਬੈਠ ਕੇ ਅਸੀਂ ਕਬਾਬ ਖਾਂਦੇ ਹੁੰਦੇ ਸਾਂ। ਇਹ ਉਰਦੂ ਬਾਜ਼ਾਰ ਹੈ, ਸਭ ਕੁਝ ਉਹੀ ਹੈ, ਉਵੇਂ ਦਾ ਉਵੇਂ, ਹਰ ਜਗ੍ਹਾ ਉਵੇਂ ਕੰਮਕਾਜ ਹੋ ਰਹੇ ਨੇ। ਆਲ ਇੰਡੀਆ ਰੇਡੀਓ ਵੀ ਖੁੱਲ੍ਹਾ ਹੈ, ਮੇਡਨ ਹੋਟਲ ਦਾ ਬਾਰ ਵੀ ਅਤੇ ਉਰਦੂ ਬਾਜ਼ਾਰ ਵੀ, ਕਿਉਂਕਿ ਮੰਟੋ ਇੱਕ ਮਾਮੂਲੀ ਆਦਮੀ ਸੀ, ਉਹ ਇੱਕ ਗਰੀਬ ਕਹਾਣੀਕਾਰ ਸੀ, ਉਹ ਕੋਈ ਮੰਤਰੀ ਨਹੀਂ ਸੀ ਜਿਹੜਾ ਉਸ ਦੀ ਸ਼ਾਨ ਵਿੱਚ ਝੰਡੇ ਚੁੱਕ ਜਾਂਦੇ। ਉਹ ਕੋਈ ਸੱਟੇਬਾਜ਼ ਜਾਂ ਬਲੈਕ ਮਾਰਕੀਟਰ ਵੀ ਨਹੀਂ ਸੀ ਜਿਸ ਲਈ ਕੋਈ ਬਾਜ਼ਾਰ ਬੰਦ ਹੁੰਦਾ। ਉਹ ਕੋਈ ਅਭਿਨੇਤਾ ਵੀ ਨਹੀਂ ਸੀ ਜਿਸ ਲਈ ਸਕੂਲ ਦੇ ਕਾਲਜ ਬੰਦ ਹੋ ਜਾਂਦੇ। ਉਹ ਇੱਕ ਗਰੀਬ ਸਤਾਈ ਹੋਈ ਪਾਸ਼ਾ ਦਾ, ਗਰੀਬ ਅਤੇ ਸਤਾਇਆ ਹੋਇਆ ਲੇਖਕ ਸੀ। ਉਹ ਮੋਚੀਆਂ, ਵੇਸਵਾਵਾਂ ਅਤੇ ਤਾਂਗੇ ਵਾਲਿਆਂ ਦਾ ਪਿਆਰਾ ਲੇਖਕ ਸੀ। ਅਜਿਹੇ ਲੇਖਕ ਲਈ ਕੌਣ ਰੋਵੇਗਾ, ਕੌਣ ਆਪਣਾ ਕਾਰੋਬਾਰ ਬੰਦ ਕਰੇਗਾ। ਇਸ ਲਈ ਆਲ ਇੰਡੀਆ ਰੇਡੀਓ ਖੁੱਲ੍ਹਾ ਹੈ, ਜਿਸ ਨੇ ਸੈਂਕੜੇ ਵਾਰੀ ਉਸ ਦੀਆਂ ਕਹਾਣੀਆਂ ਅਤੇ ਆਵਾਜ਼ ਨਾਟਕ ਬ੍ਰਾਡਕਾਸਟ ਕੀਤੇ ਨੇ। ਉਰਦੂ ਬਾਜ਼ਾਰ ਵੀ ਖੁੱਲ੍ਹਾ ਹੈ, ਜਿਸ ਨੇ ਉਸ ਦੀਆਂ ਹਜ਼ਾਰਾਂ ਕਿਤਾਬਾਂ ਵੇਚੀਆਂ ਨੇ ਅਤੇ ਅੱਜ ਵੀ ਵੇਚ ਰਹੇ ਹੋਣਗੇ। ਅੱਜ ਮੈਂ ਉਹਨਾਂ ਲੇਖਕਾਂ ਨੂੰ ਵੀ ਠਾਕੇ ਲਾ ਕੇ ਹੱਸਦੇ ਦੇਖ ਰਿਹਾ ਹਾਂ ਜਿਨ੍ਹਾਂ ਮੰਟੋ ਤੋਂ ਹਜ਼ਾਰਾਂ ਰੁਪਏ ਦੀ ਸ਼ਰਾਬ ਪੀਤੀ ਹੈ। ਮੰਟੋ ਮਰ ਗਿਆ ਤਾਂ ਕੀ ਹੋਇਆ, ਵਪਾਰ ਵਪਾਰ ਹੈ, ਇੱਕ ਪਲ ਲਈ ਵੀ ਕੰਮ ਨਹੀਂ ਰੁਕਣਾ ਚਾਹੀਦਾ। ਜਿਸ ਨੇ ਸਾਨੂੰ ਸਾਰੀ ਜ਼ਿੰਦਗੀ ਦੇ ਦਿੱਤੀ ਉਸ ਨੂੰ ਅਸੀਂ ਆਪਣਾ ਇੱਕ ਛਿਣ ਵੀ ਨਹੀਂ ਦੇ ਸਕਦੇ। ਸਿਰ ਝੁਕਾ ਕੇ ਆਪਣੇ ਦਿਲਾਂ ਵਿੱਚ ਇੱਕ ਛਿਣ ਲਈ ਉਸ ਦੀ ਯਾਦ ਤਾਜ਼ਾ ਨਹੀਂ ਕਰ ਸਕਦੇ। ਧੰਨਵਾਦ ਦੇ ਨਾਲ, ਖੁਸ਼ਾਮਦ ਦੇ ਨਾਲ, ਹਮਦਰਦੀ ਦੇ ਨਾਲ ਉਸ ਦੀ ਤੜਫਦੀ ਹੋਈ ਆਤਮਾ ਲਈ, ਜਿਸ ਨੇ ਹੱਦ ਤੱਕ ਨਯਾ ਕਾਨੂੰਨ, ਖੋਲ ਦੋ, ਟੋਬਾ ਟੇਕ ਸਿੰਘ ਜਿਹੀਆਂ ਦਰਜਨਾਂ ਬੇਮਿਸਾਲ ਅਤੇ ਅਮਰ ਕਹਾਣੀਆਂ ਲਿਖੀਆਂ ਨੇ, ਜਿਸ ਨੇ ਸਮਾਜ ਦੀਆਂ ਅੰਦਰਲੀਆਂ ਤਹਿਆਂ ਵਿੱਚ ਘੁਸ ਕੇ ਪਿਸੇ ਹੋਏ, ਕੁਚਲੇ ਹੋਏ, ਸਮਾਜ ਦੀਆਂ ਠੋਕਰਾਂ ਨਾਲ ਵਿਗੜੇ ਹੋਏ ਪਾਤਰਾਂ ਨੂੰ ਆਪਣੀ ਕਲਮਕਾਰੀ ਨਾਲ ਇੱਜ਼ਤ ਮਾਣ ਦਿੱਤਾ ਹੈ, ਜਿਹੜਾ ਅਸਲੀਅਤ ਅਤੇ ਕਲਾਤਮਿਕਤਾ ਲਈ ਗੋਰਕੀ ਦੇ ਲੋਅਰ ਡੈਪਥਸ ਦੇ ਪਾਤਰਾਂ ਦੀ ਯਾਦ ਦਿਵਾਉਂਦਾ ਹੈ। ਫਰਕ ਸਿਰਫ ਇੰਨਾ ਹੈ ਕਿ ਉਹਨਾਂ ਲੋਕਾਂ ਨੇ ਗੋਰਕੀ ਲਈ ਅਜਾਇਬ ਘਰ ਬਣਵਾਏ, ਮੂਰਤੀਆਂ ਬਣਵਾਈਆਂ, ਸ਼ਹਿਰ ਬਣਵਾਏ, ਅਤੇ ਅਸੀਂ ਮੰਟੋ ਉੱਪਰ ਮੁਕੱਦਮੇ ਚਲਾਏ, ਉਸ ਨੂੰ ਭੁੱਖਾ ਮਾਰਿਆ, ਉਸ ਨੂੰ ਪਾਗਲਖਾਨੇ ਪਹੁੰਚਾਇਆ, ਉਸ ਨੂੰ ਹਸਪਤਾਲਾਂ ਵਿੱਚ ਸਾੜਿਆ, ਅਤੇ ਅਖੀਰ ਵਿੱਚ ਉਸ ਨੂੰ ਇੱਥੋਂ ਤੱਕ ਮਜਬੂਰ ਕਰ ਦਿੱਤਾ ਕਿ ਉਹ ਕਿਸੇ ਇਨਸਾਨ ਨੂੰ ਨਹੀਂ, ਸ਼ਰਾਬ ਦੀ ਬੋਤਲ ਨੂੰ ਆਪਣਾ ਦੋਸਤ ਸਮਝਣ ਉੱਤੇ ਮਜਬੂਰ ਹੋ ਜਾਵੇ। ਇਹ ਕੋਈ ਨਵੀਂ ਗੱਲ ਨਹੀਂ, ਅਸੀਂ ਗਾਲਿਬ ਨਾਲ ਵੀ ਇਵੇਂ ਕੀਤਾ ਸੀ, ਪ੍ਰੇਮ ਚੰਦ ਨਾਲ ਇਹੋ ਕੀਤਾ ਸੀ, ਹਸਰਤ ਨਾਲ ਇੰਝ ਹੀ ਕੀਤਾ ਸੀ, ਮੰਟੋ ਨਾਲ ਵੀ ਇਹੀ ਵਰਤਾ ਕਰਾਂਗੇ। ਕਿਉਂਕਿ ਮੰਟੋ ਕੋਈ ਉਹਨਾਂ ਨਾਲੋਂ ਵੱਡਾ ਵਿਦਵਾਨ ਤਾਂ ਸੀ ਨਹੀਂ ਜਿਸ ਲਈ ਅਸੀਂ ਆਪਣੀ 5000 ਵਰੇ ਪੁਰਾਣੀ ਸੰਸਕ੍ਰਿਤੀ ਤੋੜ ਦੇਈਏ। ਅਸੀਂ ਇਨਸਾਨਾਂ ਦੇ ਨਹੀਂ, ਮਕਬਰਿਆਂ ਦੇ ਪੁਜਾਰੀ ਹਾਂ। ਦਿੱਲੀ ਵਿੱਚ ਮਿਰਜ਼ਾ ਗਾਲਿਬ ਦੀ ਫਿਲਮ ਚੱਲ ਰਹੀ ਹੈ। ਇਸ ਫਿਲਮ ਦੀ ਕਹਾਣੀ ਇਸੇ ਦਿੱਲੀ ਦੇ ਮੋਰੀ ਗੇਟ ਕੋਲ ਬੈਠ ਕੇ ਮੰਟੋ ਨੇ ਲਿਖੀ ਸੀ। ਇੱਕ ਦਿਨ ਅਸੀਂ ਮੰਟੋ ਦੀ ਫਿਲਮ ਵੀ ਬਣਾਵਾਂਗੇ ਅਤੇ ਇਸ ਤੋਂ ਲੱਖਾਂ ਰੁਪਏ ਕਮਾਵਾਂਗੇ, ਜਿਵੇਂ ਅੱਜ ਅਸੀਂ ਮੰਟੋ ਦੀਆਂ ਕਿਤਾਬਾਂ ਦੇ ਕਈ ਕਈ ਨਕਲੀ ਐਡੀਸ਼ਨ ਹਿੰਦੁਸਤਾਨ ਵਿੱਚ ਛਾਪ ਕੇ ਹਜ਼ਾਰਾਂ ਰੁਪਏ ਕਮਾ ਰਹੇ ਹਾਂ। ਉਹ ਰੁਪਏ ਜਿਨ੍ਹਾਂ ਦੀ ਮੰਟੋ ਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਥੁੜ ਰਹੀ ਹੈ, ਉਹ ਰੁਪਏ ਅੱਜ ਵੀ ਉਸ ਦੀ ਪਤਨੀ ਅਤੇ ਬੱਚੇ ਨੂੰ ਮੁਸੀਬਤਾਂ ਅਤੇ ਨਮੋਸ਼ੀ ਤੋਂ ਬਚਾ ਸਕਦੇ ਨੇ। ਪਰ ਅਸੀਂ ਅਜਿਹੀ ਗਲਤੀ ਨਹੀਂ ਕਰਾਂਗੇ। ਜੇ ਅਸੀਂ ਅਕਾਲ ਦੇ ਦਿਨਾਂ ਵਿੱਚ ਚੌਲਾਂ ਦੇ ਰੇਟ ਵਧਾ ਕੇ ਇਨਸਾਨਾਂ ਦੇ ਖੂਨ ਤੋਂ ਆਪਣਾ ਮੁਨਾਫਾ ਵਧਾ ਸਕਦੇ ਹਾਂ, ਤਾਂ ਕੀ ਇਸ ਮੁਨਾਫੇ ਲਈ ਇੱਕ ਗਰੀਬ ਲੇਖਕ ਦੀ ਜੇਬ ਨਹੀਂ ਕਤਰ ਸਕਦੇ?
ਮੰਟੋ ਨੇ ਜਦ ਜੇਬ ਕਤਰਾ ਲਿਖੀ ਸੀ ਉਸ ਸਮੇਂ ਉਸ ਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਜੇਬ ਕਤਰਿਆਂ ਦੀ ਪੂਰੀ ਟੋਲੀ ਨਾਲ ਉਸ ਦਾ ਵਾਸਤਾ ਪਵੇਗਾ। ਮੰਟੋ ਇੱਕ ਬਹੁਤ ਵੱਡੀ ਗਾਲ ਸੀ। ਇਸ ਦਾ ਕੋਈ ਦੋਸਤ ਅਜਿਹਾ ਨਹੀਂ ਸੀ ਜਿਸ ਨੂੰ ਇਸ ਨੇ ਕੋਈ ਗਾਲ ਨਾ ਕੱਢੀ ਹੋਵੇ। ਕੋਈ ਅਜਿਹਾ ਪ੍ਰਕਾਸ਼ਕ ਵੀ ਨਹੀਂ ਸੀ ਜਿਸ ਨਾਲ ਇਸ ਨੇ ਲੜਾਈ ਮੁੱਲ ਨਾ ਲਈ ਹੋਵੇ। ਕੋਈ ਮਾਲਕ ਅਜਿਹਾ ਨਹੀਂ ਸੀ ਜਿਸ ਦੀ ਇਸ ਨੇ ਬੇਇੱਜ਼ਤੀ ਨਾ ਕੀਤੀ ਹੋਵੇ। ਪ੍ਰਤੱਖ ਤੌਰ 'ਤੇ ਉਹ ਪ੍ਰਗਤੀਵਾਦੀਆਂ ਤੋਂ ਖੁਸ਼ ਨਹੀਂ ਸੀ, ਨਾ ਗੈਰ ਪ੍ਰਗਤੀਵਾਦੀਆਂ ਤੋਂ। ਨਾ ਪਾਕਿਸਤਾਨ ਉੱਤੇ ਖੁਸ਼ ਸੀ, ਨਾ ਹਿੰਦੁਸਤਾਨ ਉੱਤੇ, ਨਾ ਅੰਕਲ ਸ਼ਾਮ 'ਤੇ, ਨਾ ਰੂਸ 'ਤੇ। ਪਤਾ ਨਹੀਂ ਉਸ ਦੀ ਤੜਫਦੀ ਹੋਈ ਬੇਚੈਨ ਆਤਮਾ ਕੀ ਚਾਹੁੰਦੀ ਸੀ। ਉਸ ਦੀ ਜ਼ਬਾਨ ਬੜੀ ਕੁਸ਼ੈਲੀ ਸੀ, ਗੱਲ ਕਰਨ ਦਾ ਢੰਗ ਤਰੀਕਾ ਤਿੱਖਾ ਅਤੇ ਤੀਰ ਵਾਂਗ ਚੁਭਵਾਂ ਅਤੇ ਬੇਰਹਿਮ। ਪਰ ਤੁਸੀਂ ਉਸ ਦੀ ਗਾਲ ਨੂੰ, ਉਸ ਦੀ ਕੁਸ਼ੈਲੀ ਗੱਲਬਾਤ ਨੂੰ, ਉਸ ਦੇ ਤੇਜ਼ ਨੁਕੀਲੇ ਕੰਢਿਆਂ ਵਰਗੇ ਸ਼ਬਦਾਂ ਨੂੰ ਜ਼ਰਾ ਠਰਮੇ ਨਾਲ ਚਖੋ, ਅੰਦਰੋਂ ਜ਼ਿੰਦਗੀ ਦਾ ਮਿੱਠਾ ਮਿੱਠਾ ਰਸ ਟਪਕਦਾ ਲੱਭੇਗਾ। ਇਸ ਦੀ ਨਫ਼ਰਤ ਵਿੱਚ ਪਿਆਰ ਸੀ। ਨੰਗੇਪਨ ਉੱਪਰ ਪਰਦਾ ਇੰਜ ਪਾ ਦਿੰਦਾ ਸੀ ਕਿ ਤਨ ਵੇਚਣ ਵਾਲੀਆਂ ਵੇਸਵਾਵਾਂ ਦੇ ਪੱਲੇ ਵੀ ਸ਼ਰਮ ਹਯਾ ਦੀ ਲਾਲੀ ਦੀ ਚਮਕ ਨਾਲ ਭਰੇ ਜਾਪਦੇ ਸਨ, ਜਿਹੜੇ ਉਸ ਦੇ ਸਾਹਿਤ ਦੀ ਪਵਿੱਤਰਤਾ ਦਾ ਐਲਾਨ ਕਰਦੇ ਨੇ। ਮੰਟੋ ਨਾਲ ਜ਼ਿੰਦਗੀ ਨੇ ਇਨਸਾਫ ਨਹੀਂ ਕੀਤਾ, ਪਰ ਇਤਿਹਾਸ ਜ਼ਰੂਰ ਉਸ ਨਾਲ ਨਿਆਂ ਕਰੇਗਾ। ਮੰਟੋ ਤਾਂ 42 ਵਿੱਚ ਹੀ ਮਰ ਗਿਆ ਸੀ, ਪਰ ਅਜੇ ਇਸ ਦੇ ਕੁਝ ਕਹਿਣ ਅਤੇ ਸੁਣਨ ਦੇ ਦਿਨ ਰਹਿੰਦੇ ਸਨ। ਅਜੇ ਜ਼ਿੰਦਗੀ ਦੇ ਕੌੜੇ ਤਜਰਬਿਆਂ ਨੇ, ਵਰਤਮਾਨ ਸਮਾਜ ਦੀ ਕਠੋਰਤਾ ਨੇ ਮੁਸੀਬਤ ਭਰੀ ਜ਼ਿੰਦਗੀ ਦੇ ਛਿਣਾਂ ਵਿੱਚ ਇਸ ਦੇ ਟੁੱਟੇ ਤਿੜਕੇ ਵਿਅਕਤੀਤਵ ਦੇ ਕ੍ਰੋਧ ਅਤੇ ਵਿਰੋਧ ਦੇ ਜ਼ਖਮਾਂ ਨੇ ਉਸ ਤੋਂ ਟੋਭਾ ਟੇਕ ਸਿੰਘ ਵਰਗੀਆਂ ਕਈ ਹੋਰ ਕਹਾਣੀਆਂ ਲਿਖਵਾਉਣੀਆਂ ਸਨ। ਦੁੱਖ ਮੰਟੋ ਦੀ ਮੌਤ ਦਾ ਨਹੀਂ, ਮੌਤ ਤਾਂ ਹਰੇਕ ਨੂੰ ਆਉਣੀ ਹੈ, ਮੈਨੂੰ ਵੀ ਅਤੇ ਤੁਹਾਨੂੰ ਵੀ। ਦੁੱਖ ਤਾਂ ਇਸ ਗੱਲ ਦਾ ਹੈ ਕਿ ਉਹਨੇ ਸਾਹਿਤ ਨੂੰ ਜਿਹੜੇ ਹੀਰੇ ਪੰਨੇ 'ਤੇ ਜਵਾਹਰਾਤ ਦੇਣੇ ਸੀ ਉਹ ਹੁਣ ਨਹੀਂ ਉਹ ਮਿਲਣੇ। ਉਹ ਸਿਰਫ ਮੰਟੋ ਹੀ ਦੇ ਸਕਦਾ ਸੀ। ਉਰਦੂ ਸਾਹਿਤ ਵਿੱਚ ਚੰਗੇ ਚੰਗੇ ਕਹਾਣੀਕਾਰ ਹੈਣ ਅਤੇ ਪੈਦਾ ਹੋਣਗੇ, ਪਰ ਮੰਟੋ ਦੁਬਾਰਾ ਨਹੀਂ ਉਹ ਪੈਦਾ ਹੋਣਾ। ਹੁਣ ਕੋਈ ਉਸ ਦੀ ਜਗ੍ਹਾ ਪੁਰ ਨਹੀਂ ਕਰ ਸਕੇਗਾ। ਇਹ ਗੱਲ ਮੈਂ ਵੀ ਜਾਣਦਾ ਹਾਂ ਅਤੇ ਰਾਜਿੰਦਰ ਸਿੰਘ ਬੇਦੀ ਵੀ, ਇਸਮਤ ਚੁਗਤਾਈ ਵੀ ਅਤੇ ਖਵਾਜਾ ਅਹਿਮਦ ਅੱਬਾਸ ਵੀ ਅਤੇ ਉਪਿੰਦਰ ਨਾਥ ਅਸ਼ਕ ਵੀ। ਅਸੀਂ ਸਾਰੇ ਲੋਕ ਉਸ ਨੂੰ ਚਾਹੁਣ ਵਾਲੇ, ਉਸ ਨਾਲ ਝਗੜਾ ਕਰਨ ਵਾਲੇ, ਉਸ ਨੂੰ ਪਿਆਰ ਕਰਨ ਵਾਲੇ, ਉਸ ਨਾਲ ਨਫ਼ਰਤ ਕਰਨ ਵਾਲੇ, ਉਸ ਦੇ ਸਾਥੀ ਅਤੇ ਹਮਸਫ਼ਰ ਸਾਂ। ਅਤੇ ਅੱਜ ਜਦ ਉਹ ਸਾਡੇ ਵਿਚਕਾਰ ਨਹੀਂ ਹੈ, ਸਾਡੇ ਵਿੱਚੋਂ ਹਰੇਕ ਨੇ ਉਸ ਦੀ ਮੌਤ ਦੇ ਜਨਾਜ਼ੇ ਨੂੰ ਆਪਣੇ ਮੋਢਿਆਂ ਉੱਤੇ ਮਹਿਸੂਸ ਕੀਤਾ ਹੈ। ਅੱਜ ਸਾਡੇ ਵਿੱਚੋਂ ਹਰੇਕ ਦੀ ਜ਼ਿੰਦਗੀ ਦਾ ਇੱਕ ਹਿੱਸਾ ਮਰ ਗਿਆ ਹੈ, ਉਸ ਦੀ ਪੂਰਤੀ ਕਦੰਤ ਨਹੀਂ ਹੋ ਸਕਣੀ। ਅੱਜ ਸਾਡੇ ਵਿੱਚੋਂ ਹਰੇਕ ਜਣਾ ਮੰਟੋ ਦੇ ਨਜ਼ਦੀਕ ਹੈ ਅਤੇ ਇੱਕ ਦੂਜੇ ਨਾਲੋਂ ਵੱਧ। ਅਜਿਹੇ ਸਮੇਂ ਜੇ ਅਸੀਂ ਇਹ ਫੈਸਲਾ ਕਰ ਲਈਏ ਕਿ ਅਸੀਂ ਮੰਟੋ ਦੀਆਂ ਇਹ ਜ਼ਿੰਮੇਵਾਰੀਆਂ ਨੂੰ ਰਲ ਕੇ ਪੂਰਾ ਕਰਾਂਗੇ ਤਾਂ ਉਸ ਦੀ ਆਤਮਾ ਬੇਚੈਨ ਨਹੀਂ ਰਹੇਗੀ। ਅੱਜ ਤੋਂ 14 ਸਾਲ ਪਹਿਲਾਂ ਮੈਂ ਅਤੇ ਮੰਟੋ ਨੇ ਰਲ ਕੇ ਇੱਕ ਕਹਾਣੀ ਲਿਖੀ ਸੀ, ਵਣਜਾਰਾ। ਮੰਟੋ ਨੇ ਅੱਜ ਤੱਕ ਕਿਸੇ ਦੂਜੇ ਲੇਖਕ ਨਾਲ ਰਲ ਕੇ ਕੋਈ ਕਹਾਣੀ ਨਹੀਂ ਲਿਖੀ, ਨਾ ਉਸ ਤੋਂ ਪਹਿਲਾਂ ਨਾ ਉਸ ਤੋਂ ਬਾਅਦ। ਉਹ ਦਿਨ ਕੜਾਕੇ ਦੀ ਸਰਦੀ ਦੇ ਸਨ, ਮੇਰਾ ਸੂਟ ਬੇਕਾਰ ਹੋ ਕੇ ਲਟਕ ਰਿਹਾ ਸੀ ਅਤੇ ਮੰਟੋ ਦਾ ਸੂਟ ਵੀ ਲਿਸੜ ਜਿਹਾ ਹੋਇਆ ਪਿਆ ਸੀ। ਮੰਟੋ ਮੇਰੇ ਕੋਲ ਆਇਆ ਅਤੇ ਬੋਲਿਆ, ਕ੍ਰਿਸ਼ਨ ਨਵਾਂ ਸੂਟ ਚਾਹੀਦਾ? ਮੈਂ ਕਿਹਾ ਹਾਂ। ਤਾਂ ਚੱਲ ਮੇਰੇ ਨਾਲ। ਕਿੱਥੇ? ਬਸ, ਬਹੁਤੀ ਬਕਵਾਸ ਨਾ ਕਰ, ਚੱਲ ਚੱਲੀਏ। ਅਸੀਂ ਦੋਵੇਂ ਇੱਕ ਫਿਲਮ ਡਿਸਟ੍ਰੀਬਿਊਟਰ ਕੋਲ ਚਲੇ ਗਏ। ਮੈਂ ਉੱਥੇ ਕੁਝ ਬੋਲਦਾ ਤਾਂ ਸੱਚਮੁੱਚ ਬਕਵਾਸ ਹੀ ਕਰਦਾ, ਇਸ ਲਈ ਚੁੱਪ ਹੀ ਰਿਹਾ। ਡਿਸਟ੍ਰੀਬਿਊਟਰ ਫਿਲਮ ਪ੍ਰੋਡਕਸ਼ਨ ਦੇ ਮੈਦਾਨ ਵਿੱਚ ਆਉਣਾ ਚਾਹੁੰਦਾ ਸੀ,
ਮੰਟੋ ਨੇ 15-20 ਮਿੰਟਾਂ ਦੀ ਗੱਲਬਾਤ ਵਿੱਚ ਹੀ ਉਸ ਨੂੰ ਕਹਾਣੀ ਵੇਚ ਦਿੱਤੀ ਤੇ ਉਸ ਤੋਂ 500 ਰੁਪਏ ਨਕਦ ਲੈ ਲਏ। ਬਾਹਰ ਆ ਕੇ ਉਸ ਨੇ 250 ਮੈਨੂੰ ਦੇ ਦਿੱਤੇ ਤੇ 250 ਆਪ ਰੱਖ ਲਏ। ਅਸਾਂ ਦੋਹਾਂ ਨੇ ਆਪਣੇ ਆਪਣੇ ਸੂਟ ਦਾ ਵਧੀਆ ਕੱਪੜਾ ਖਰੀਦਿਆ ਤੇ ਅਬਦੁਲ ਗਨੀ ਟੇਲਰ ਮਾਸਟਰ ਦੀ ਦੁਕਾਨ ਤੇ ਜਾ ਪਹੁੰਚੇ ਤੇ ਉਸ ਨੂੰ ਸੂਟ ਜਲਦੀ ਸਿਉਂ ਦੇਣ ਦੀ ਹਦਾਇਤ ਕੀਤੀ। ਫਿਰ ਸੂਟ ਤਿਆਰ ਹੋ ਗਏ, ਪਾ ਵੀ ਲਏ ਗਏ, ਪਰ ਸੂਟਾਂ ਦਾ ਕੱਪੜਾ ਦਰਜੀ ਨੂੰ ਦੇਣ ਤੇ ਸਿਵਾਉਣ ਵਿਚਕਾਰ ਜਿੰਨਾ ਸਮਾਂ ਲੰਘਿਆ ਉਸ ਵਿੱਚ ਅਸੀਂ ਬਾਕੀ ਦੇ ਰੁਪਏ ਘੋਲ ਕੇ ਪੀ ਗਏ। ਇਸ ਲਈ ਅਬਦੁਲ ਗਨੀ ਨਾਲ ਉਧਾਰ ਕਰਨਾ ਪਿਆ। ਉਸ ਨੇ ਸਾਨੂੰ ਸੂਟ ਪਾਉਣ ਲਈ ਦੇ ਦਿੱਤੇ, ਪਰ ਕਈ ਮਹੀਨਿਆਂ ਤੱਕ ਅਸੀਂ ਉਸ ਦਾ ਉਧਾਰ ਨਹੀਂ ਸੀ ਲਾ ਸਕੇ। ਇੱਕ ਦਿਨ ਮੰਟੋ ਅਤੇ ਮੈਂ ਕਸ਼ਮੀਰੀ ਗੇਟ ਕੋਲੋਂ ਲੰਘ ਰਹੇ ਸਾਂ ਕਿ ਮਾਸਟਰ ਅਬਦੁਲ ਗਨੀ ਨੇ ਸਾਨੂੰ ਆ ਘੇਰਿਆ। ਮੈਂ ਸੋਚਿਆ ਅੱਜ ਭਰਪੂਰ ਬੇਇੱਜ਼ਤੀ ਹੋਵੇਗੀ। ਮਾਸਟਰ ਅਬਦੁਲ ਗਨੀ ਨੇ ਮੰਟੋ ਨੂੰ ਕਾਲਰ ਤੋਂ ਫੜ ਕੇ ਕਿਹਾ, ਉਹ ਹੱਦ ਤੱਕ ਤੂੰ ਲਿਖੀ ਹੈ? ਮੰਟੋ ਨੇ ਕਿਹਾ, ਹਾਂ ਲਿਖੀ ਹੈ। ਫਿਰ ਜੇ ਤੈਥੋਂ ਸੂਟ ਉਧਾਰ ਸਿਵਾ ਲਿਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਮੇਰੀ ਕਹਾਣੀ ਦਾ ਚੰਗਾ ਸਮਾਲੋਚਕ ਵੀ ਬਣ ਗਿਆ ਹੈ। ਕਾਲਰ ਛੱਡ। ਅਬਦੁਲ ਗਨੀ ਦੇ ਚਿਹਰੇ 'ਤੇ ਇੱਕ ਅਜੀਬ ਜਿਹੀ ਮੁਸਕਰਾਹਟ ਆਈ। ਉਸਨੇ ਮੰਟੋ ਦਾ ਕਾਲਰ ਛੱਡ ਦਿੱਤਾ ਅਤੇ ਉਸ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ ਕੇ ਕਹਿਣ ਲੱਗਾ, ਜਾ ਤੇਰੇ ਉਧਾਰ ਦੇ ਪੈਸੇ ਮਾਫ਼ ਕੀਤੇ। ਫਿਰ ਉਹ ਮੁੜਿਆ ਅਤੇ ਤੁਰ ਗਿਆ। ਕੁਝ ਛਿਣ ਮੰਟੋ ਚੁੱਪ ਚਾਪ ਖੜ੍ਹਾ ਰਿਹਾ। ਉਹ ਉਸ ਤਾਰੀਫ਼ ਤੋਂ ਬਿਲਕੁਲ ਖੁਸ਼ ਨਹੀਂ ਸੀ ਹੋਇਆ, ਸਗੋਂ ਦੁੱਖ ਅਤੇ ਗੁੱਸੇ ਵਿੱਚ ਭਰਿਆ ਨਜ਼ਰ ਆਉਣ ਲੱਗ ਪਿਆ ਸੀ। ਸਾਲਾ ਮੇਰਾ, ਕੀ ਸਮਝਦਾ ਆਪਣੇ ਆਪ ਨੂੰ, ਮੈਨੂੰ ਪਰੇਸ਼ਾਨ ਕਰ ਦੇਵੇਗਾ, ਮੈਂ ਉਸ ਦੀ ਪਾਈ ਪਾਈ ਲਾ ਦਿਆਂਗਾ। ਸਾਲਾ ਸਮਝਦਾ ਹੱਦ ਤੱਕ ਮੇਰੀ ਚੰਗੀ ਕਹਾਣੀ ਹੈ, ਹੱਦ ਤੱਕ ਤਾਂ ਮੇਰੀ ਸਭ ਨਾਲੋਂ ਚੰਗੀ ਕਹਾਣੀ ਹੈ। ਪਰ ਨਾ ਮੈਂ ਅਤੇ ਨਾ ਹੀ ਮੰਟੋ ਨੇ ਹੀ ਅਬਦੁਲ ਗਨੀ ਦੇ ਪੈਸੇ ਦਿੱਤੇ ਅਤੇ ਨਾ ਹੀ ਉਸਨੇ ਸਾਥੋਂ ਕਦੀ ਮੰਗੇ। ਅੱਜ ਜਦ ਮੈਨੂੰ ਇਹ ਘਟਨਾ ਯਾਦ ਆਈ ਤਾਂ ਮੈਂ ਤੁਰੰਤ ਹੀ ਅਬਦੁਲ ਗਨੀ ਨੂੰ ਮਿਲਣ ਲਈ ਕਸ਼ਮੀਰੀ ਗੇਟ ਜਾ ਪਹੁੰਚਿਆ। ਪਰ ਅਬਦੁਲ ਗਨੀ ਕਈ ਵਰ੍ਹੇ ਪਹਿਲਾਂ ਉੱਥੋਂ ਪਾਕਿਸਤਾਨ ਚਲਾ ਗਿਆ। ਕਾਸ਼ ਅੱਜ ਅਬਦੁਲ ਗਨੀ ਟੇਲਰ ਮਾਸਟਰ ਮਿਲ ਜਾਂਦਾ, ਉਸ ਨਾਲ ਮੰਟੋ ਬਾਰੇ ਦੋ ਗੱਲਾਂ ਕਰ ਲੈਂਦਾ। ਇਸ ਵੱਡੇ ਸ਼ਹਿਰ ਵਿੱਚ ਕਿਸੇ ਹੋਰ ਕੋਲ ਤਾਂ ਇਸ ਵਿਅਰਥ ਕੰਮ ਲਈ ਵਿਹਲ ਨਹੀਂ ਸੀ। ਸ਼ਾਮੀ ਮੈਂ ਜੋ ਇਹ ਅੰਸਾਰੀ ਸੰਪਾਦਕ ਸ਼ਾਹਰਾ ਨਾਲ ਜਾਮਾ ਮਸਜਿਦ ਤੋਂ 30,000 ਆਪਣੇ ਘਰ ਨੂੰ ਆ ਰਿਹਾ ਸਾਂ। ਰਸਤੇ ਵਿੱਚ ਅਸੀਂ ਦੋਵੇਂ ਹੌਲੀ ਹੌਲੀ ਮੰਟੋ ਦੇ ਵਿਅਕਤੀਤਵ ਅਤੇ ਉਸ ਦੀ ਕਲਾ ਉੱਪਰ ਬਹਿਸ ਕਰਦੇ ਰਹੇ। ਸੜਕ ਵਿੱਚ ਖੱਡੇ ਬਹੁਤ ਸਨ, ਇਸ ਲਈ ਬਹਿਸ ਵਿੱਚ ਬਹੁਤ ਸਾਰੇ ਨਾਜ਼ੁਕ ਸਥਾਨ ਵੀ ਆਏ। ਇੱਕ ਵਾਰੀ ਪੰਜਾਬੀ ਕੋਚਵਾਨ ਨੇ ਹੈਰਾਨੀ ਨਾਲ ਤਰਵਕ ਕੇ ਪੁੱਛਿਆ, ਕੀ ਕਿਹਾ ਜੀ, ਮੰਟੋ ਮਰ ਗਿਆ? ਅੰਸਾਰੀ ਨੇ ਧੀਮੀ ਆਵਾਜ਼ ਵਿੱਚ ਕਿਹਾ, ਹਾਂ ਭਰਾ। ਅਤੇ ਫਿਰ ਆਪਣੀ ਗੱਲ ਜਾਰੀ ਰੱਖੀ। ਕੋਚਵਾਨ ਹੌਲੀ ਹੌਲੀ ਆਪਣਾ ਤਾਂਗਾ ਚਲਾਉਂਦਾ ਰਿਹਾ, ਪਰ ਮੋਰੀ ਗੇਟ ਕੋਲ ਆ ਕੇ ਉਸਨੇ ਤਾਂਗਾ ਰੋਕ ਦਿੱਤਾ ਅਤੇ ਸਾਡੇ ਵੱਲ ਭੌਂ ਕੇ ਬੋਲਿਆ, ਸਾਹਿਬ ਤੁਸੀਂ ਲੋਕ ਕੋਈ ਹੋਰ ਤਾਂਗਾ ਕਰ ਲਓ, ਮੈਂ ਅੱਗੇ ਨਹੀਂ ਜਾ ਸਕਾਂਗਾ। ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਦਰਦ ਸੀ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਕਹਿੰਦੇ, ਉਹ ਸਾਡੇ ਵੱਲ ਦੇਖੇ ਬਿਨਾਂ ਤਾਂਗੇ ਤੋਂ ਉਤਰਿਆ ਅਤੇ ਸਿੱਧਾ ਸਾਹਮਣੇ ਬਾਰ ਵਿੱਚ ਚਲਾ ਗਿਆ। ਜ਼ਿੰਦਾਬਾਦ।